ਗੁਰੂ ਰੂਪ ਖਾਲਸਾ ਜੀ, ਰਸਨਾ ਪਵਿੱਤਰ ਕਰੋ, ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਗੱਲ ਪਹੁੰਚੀ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਹ ਠੰਡੇ ਬੁਰਜ ਵਿੱਚ ਕੈਦ ਕੀਤੇ ਗਏ ਨੇ। ਜਿਹੜਾ ਅੱਤ ਦਾ ਠੰਡਾ ਸੀ ਪਿਕਨਿਕ ਵਾਸਤੇ ਗਰਮੀਆਂ ਵਿੱਚ ਜਿੱਥੇ ਵਜ਼ੀਰ ਖਾਂ ਰਹਿੰਦਾ ਸੀ, ਇੰਨੀ ਜ਼ਿਆਦਾ ਠੰਡ ਸੀ ਅਤੇ ਇੱਧਰ ਪੋਹ ਦੇ ਦਿਨ ਨੇ, ਇਹ ਤਾਂ ਵਾਹਿਗੁਰੂ ਜਾਣਦਾ ਹੈ ਜਦੋਂ ਉੱਪਰ ਲੈਣ ਨੂੰ ਕੋਈ ਕੱਪੜਾ ਨਹੀਂ। ਭਾਈ ਸਾਹਿਬ ਨੇ ਇਹ ਗੱਲਾਂ ਜ਼ਿਆਦਾ ਕਰ ਹੀ ਲਈਆਂ ਨੇ, ਮੈਂ ਆਪ ਜੀ ਦੇ ਨਾਲ ਦੋ ਗੱਲਾਂ ਕਹਿ ਕੇ ਸ਼ਾਂਤ ਛੇਤੀ ਨਾਲ ਲਵਾ ਦੇਣਾ ਹੈ ਕਿ ਇਹ PTC ਚੈਨਲ ਦੇ ਉੱਤੇ ਇਹ ਮੇਰੇ ਵੀਰ ਇਹਨਾਂ ਮੇਰੇ ਵੀਰਾਂ ਦਾ ਛੰਦ ਆਪ ਜੀ ਨਾਲ ਸਰਵਣ ਕਰਵਾਉਣਗੇ ਆਪ ਜੀ ਨੂੰ। ਔਰ ਕਵੀ ਕਹਿੰਦਾ ਹੈ, ਉਦੋਂ ਘੁੱਟ ਕੇ ਛਾਤੀ ਦੇ ਨਾਲ ਲਾਇਆ ਤੇ ਮਾਤਾ ਸਾਹਿਬ ਨੇ ਦੋਹਾਂ ਨਿਆਣਿਆਂ ਨੂੰ ਤੇ ਕੱਟੀ ਰਾਤ ਸਿਆਲ ਦੀ ਵਰੇ ਜਿੱਡੀ ਗੱਲੀ ਲਾ ਕੇ ਭੁੱਖਿਆਂ ਭਾਣਿਆਂ ਨੂੰ। ਓ ਰੱਬਾ ਤੇਰੀਆਂ ਕੁਦਰਤਾਂ ਨਿਆਰੀਆਂ ਨੇ, ਤੇ ਪੌਣਾ ਦਰਦ ਤੂੰ ਰਾਜਿਆਂ ਰਾਣਿਆਂ ਨੂੰ। ਇਹ ਕੁੱਤੇ ਜਿਨ੍ਹਾਂ ਦੇ ਦੁੱਧ ਕਬੂਲ ਦੇ ਨਹੀਂ ਅੱਜ ਤਰਸ ਦੇ ਪੁੱਜਿਆਂ ਦਾਣਿਆਂ ਨੂੰ। ਇਹ ਵਿੱਚੋਂ ਪੈਣ ਵਲੇਟ ਪਏ ਅੰਦਰਾਂ ਨੂੰ ਤੇ ਉੱਤੋਂ ਦੇ ਦੇ ਲੋਰੀਆਂ ਹੱਸਦੀ ਏ ਨਾਲੇ ਚੰਨਾਂ ਦੇ ਮੁਖੜੇ ਨਾਲੇ ਮੌਤ ਦੀਆਂ ਗੱਲਾਂ ਦੱਸਦੀ ਏ। ਵੇ ਮੇਰੇ ਲਾਲ ਦੇ ਲਾਡਲੇ ਹੀਰਿਓ ਵੇ, ਆਪਣੇ ਪੁੱਤਰ ਗੋਬਿੰਦ ਸਿੰਘ ਦੀ ਗੱਲ ਕਰਦਿਆਂ ਕਹਿੰਦੀ ਆ, ਵੇ ਮੇਰੇ ਲਾਲ ਦੇ ਲਾਡਲੇ ਹੀਰਿਓ ਵੇ, ਮੌਤ ਵੇਖ ਕੇ ਚੰਨ ਘਬਰਾਵਣਾ ਮੌਤ ਮਰਦਾਂ ਦੀ ਰਹੇ ਦਲੀਜ ਉੱਤੇ ਇਹਨੂੰ ਤੱਕ ਕੇ ਮੱਥੇ ਵੱਟ ਪਾਵਣਾ ਨਹੀਂ। ਮਾਤਾ ਸਾਹਿਬ ਨੇ ਆਪਣੇ ਬੱਚਿਆਂ ਨੂੰ ਦਲੇਰੀ ਦਿੱਤੀ ਹੈ। ਇੱਧਰ ਦਰੋਗਾ ਆਇਆ ਕਹਿੰਦਾ, ਮਾਂ ਕੱਲ ਤੇਰੇ ਬੱਚਿਆਂ ਨੇ ਸਾਡੀ ਕੋਈ ਔਰ ਸੂਬੇ ਦੀ ਕੋਈ ਗੱਲ ਨਹੀਂ ਮੰਨੀ, ਅੱਜ ਇਹਨਾਂ ਨੂੰ ਚੰਗੀ ਸਿੱਖਿਆ ਦੇ, ਇਹ ਜਾ ਕੇ ਸਲਾਮ ਬੁਲਾਉਣ ਸੂਬੇ ਨੂੰ ਔਰ ਆਪਣੀ ਜਾਨ ਬਚਾ ਲੈਣ। ਮਾਂ ਨੇ ਆਖਿਆ, ਵੇ ਪੁੱਤਰ ਦਰੋਗਿਆ, ਮੈਂ ਤੇ ਬੜੀਆਂ ਚੰਗੀਆਂ ਸਿੱਖਿਆ ਇਹਨਾਂ ਪੁੱਤਰਾਂ ਨੂੰ ਇਹਨਾਂ ਆਪਣੇ ਪੋਤਰਿਆਂ ਨੂੰ ਦਿੱਤੀਆਂ ਨੇ। ਮੈਂ ਤੇ ਦੱਸਿਆ ਸੀ ਇਹਨਾਂ ਨੂੰ ਕਿ ਤੁਹਾਡੇ ਦਾਦਾ ਜੀ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ, ਆਪਣੀ ਕੁਰਬਾਨੀ ਦਿੱਤੀ ਔਰ ਧਰਮ ਨੂੰ ਵੱਟਾ ਨਹੀਂ ਲੱਗਣ ਦਿੱਤਾ। ਤੁਹਾਡੇ ਪੜਦਾਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 16 ਪੈਰ 33 ਤਵੀ ਤੇ ਬੈਠ ਕੇ ਸੀ ਨਹੀਂ ਕੀਤੀ ਔਰ ਤੁਹਾਡੇ ਸਿੱਖਾਂ ਨੇ ਦੋ ਟੋਟੇ ਸਰੀਰ ਦੇ ਕਰਵਾ ਲਏ ਪਰ ਧਰਮ ਦੇ ਟੋਟੇ ਨਹੀਂ ਹੋਣ ਦਿੱਤੇ, ਸੱਚ ਦੇ ਟੋਟੇ ਨਹੀਂ ਹੋਣ ਦਿੱਤੇ। ਤੁਹਾਡੇ ਸਿੱਖਾਂ ਨੇ ਆਪਣੇ ਆਪ ਨੂੰ ਦੇਗ ਦੇ ਵਿੱਚ ਬੈਠ ਕੇ
ਆਲੂ ਦੀ ਤਰ੍ਹਾਂ ਉਬਾਲ ਲਿਆ, ਉਬਾਲੇ ਗਏ, ਪਰ ਧਰਮ ਨੂੰ